ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਰਾਤ ਦੇ ਟਾਈਮ ਹੋ ਗਿਆ ਜੀ 7:45, ਰੋਟੀ ਖਾ ਲਈ ਆਪਾਂ, ਸਾਰਾ ਕੰਮ ਨਿਬੜ। ਦੇਖੋ ਜੀ ਇੱਧਰ ਗੱਡੀ 'ਤੇ ਕਵਰ ਵੀ ਨਹੀਂ ਪਾਇਆ, ਭਾਂਡੇ ਮੈਂ ਮਾਂਜਤੇ, ਦੁੱਧ ਆਪਾਂ ਇਹਦੇ ਵਿੱਚ ਗਰਮ ਕਰਿਆ ਪਿਆ, ਹਜੇ ਪੈਣ ਲੱਗੇ ਪੀਵਾਂਗੇ। ਸਰਦਾਰ ਜੀ ਤਾਂ ਰੋਟੀ ਨਾਲ ਹੀ ਪੀ ਲੈਂਦੇ ਨੇ, ਪਿੰਦਰ ਮੈਂ ਪੀਤੀ, ਅਸੀਂ ਪੈਣ ਲੱਗੇ ਪੀਵਾਂਗੇ। ਹੁਣ ਆਪਾਂ ਲਾਉਂਦੇ ਇੱਧਰ ਡਿਊਟੀ ਘੰਟਾ, ਉਹ ਤਾਂ ਮੇਰੀ ਅੱਖਾਂ ਮੀਚੀ ਜਾਂਦੀਆਂ ਨੇ, ਸਾਰਾ ਦਿਨ ਹੋ ਗਿਆ। ਹੁਣ ਮੈਂ ਸੂਟ ਨੇ ਜਿਹੜੇ ਪੈਕ ਕਰਦੀ ਹਾਂ, ਨਾਲ ਇਹਨਾਂ 'ਤੇ ਲਿਖਦੇ ਹਾਂ ਜੀ ਡਰੈਸ ਆਪਾਂ। ਸਾਡੇ ਜਿਹੜੇ ਗੱਦੇ ਨੇ ਨਾ ਇਹ ਪੋਲੇ ਨੇ, ਇਹ ਦੂਜੇ ਨੇ ਬੈੱਡਾਂ ਵਾਲੇ ਸੀ, ਬੈੱਡਾਂ 'ਤੇ ਹੋਰ ਨਾ ਮਿਲਿਆ ਕੇ ਰੱਖ ਲਏ ਸੀ। ਦੇਖੀਏ ਲੋਰਾਂ ਕੜਕੜ ਵੀ ਉਰੇ ਛੱਡਦੇ ਨੇ, ਇਹ ਪੋਲੇ ਜਿਹੇ ਨੇ, ਮਸਾਂ ਬੈਠਾ ਜਾਂਦਾ। ਮੈਂ ਕਰਕੇ ਵੀ ਸਰਦਾਰ ਜੀ ਨੂੰ ਕਿਹਾ ਸੀ, ਮਹਾਂ ਉਹ ਦੂਜੇ ਗੱਦੇ ਲਿਆਦੋ, ਕਰੜੇ ਜੇ ਨਾ ਤਾਂ ਬੈਠਣਾ ਔਖਾ, ਔਖਾ ਨਹੀਂ ਜਾਂਦਾ ਜੀ ਬਹਿ ਜਾਂਦੇ। ਅਤੇ ਇਹਨਾਂ ਨੂੰ ਹੁਣ ਆਪਾਂ ਪੈਕ ਕਰਕੇ ਰੱਖ ਦਾਂਗੇ, ਬੱਚਾ ਬਾਲਟੀ ਸਾਡੀ ਪਏਗੀ। ਪਿੰਦਰ ਮੈਨੂੰ ਲੱਗਦਾ ਪਹਿਲਾਂ ਉਹ ਟਿਊਸ਼ਨ ਤੋਂ ਆਇਆ 7 ਵਜੇ, 7:45 ਲੇਟ ਹੋ ਗਿਆ ਜੀ। ਹੁਣ ਉਹ ਫੋਨ ਦੇਖ ਰਿਹਾ, ਛੁੱਟੀ ਦਾ ਪੇਪਰ ਹੈ ਕੱਲ੍ਹ ਨੂੰ, ਉਹ ਪੜ੍ਹ ਲਈਏ। ਸਰਦਾਰ ਜੀ ਨੇ ਲੱਗਾ ਫੋਨ ਦਿੱਤੀ ਹੈ ਮੈਨੂੰ, ਆਪਾਂ 13 ਦੀ ਪੇਟ ਪੂਜਾ ਕਰਤੀ, ਕੰਮ ਤੋਂ ਲੇਟ ਤਾਂ ਹੁਣ ਤੁਹਾਡੇ ਸਾਈਡ 'ਤੇ ਲਾਵਾਂਗੇ। ਜਦੋਂ ਮੈਂ ਉੱਧਰ ਜਾਣਾ ਉਦੋਂ ਤੋਂ ਸੌ ਜਾਂਦੇ ਨੇ, 21 ਤਾਂ ਜਾਗਦੀ ਹੁੰਦੀ ਆ, ਉਹ ਪੇਪਰ ਕਰਕੇ ਪੜ੍ਹਦੀ ਹੁੰਦੀ ਹੈ, ਲੇਟ ਪੈਂਦੀ, ਉਹ ਤਾਂ ਮੇਰੇ ਤੋਂ ਵੀ ਲੇਟ ਪੈਂਦੀ ਹੈ 10-2 ਵਜੇ ਨੂੰ। ਦਿਨੇ ਹੋਰ ਕੰਮ ਨਹੀਂ ਮੁੱਕਦੇ ਛੋਟੇ ਛੋਟੇ। ਹੁਣ ਮੈਂ ਤੁਹਾਨੂੰ ਪੈਕ ਕਰਕੇ ਰੱਖ ਦੂੰਗੀ, ਡਰੈਸ ਲਿਖ ਦੂੰਗੀ, ਕਰਕੇ ਸਰਦਾਰ ਜੀ ਨੂੰ ਜਾਂਦੇ ਨੂੰ ਪਾ ਦਾਂਗੇ। ਨਹੀਂ ਫਿਰ ਜੇ ਉਹ ਲੰਘ ਜਾਂਦੇ ਨੇ ਫਿਰ ਮੈਨੂੰ ਜਾਣਾ ਪੈਂਦਾ, ਫਿਰ ਘਰੇ ਕੰਮ ਰਹਿ ਜਾਂਦੇ ਨੇ ਸਾਰੇ, ਮਾੜੇ ਮਾੜੇ ਕੰਮ ਪੁੱਛੇ, ਸੈਟੀ ਨੂੰ ਖਤਰਾ ਰਹਿੰਦਾ ਇਹ ਨਹੀਂ ਸੀ ਜੀ। ਐਸੇ ਵੀ ਉੱਧਰ ਹੀ ਪੈ ਜਾ ਤੂੰ ਜਾ ਕੇ, ਇਹਨੂੰ ਐਂ ਵੀ ਜੇ ਭਾਵੇਂ ਆ ਕੇ ਉਹ ਕੰਮ ਹੋਇਆ ਪਿਆ ਵੀ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ, ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ। ਜੇ ਆਪਾਂ ਕੰਮ ਕਰਾਂਗੇ, ਮਿਹਨਤ ਕਰਾਂਗੇ ਫਿਰ ਸਾਰਾ ਕੁਛ ਹੈ। ਹੁਣ ਜੇ ਸਾਰਾ ਦਿਨ ਅਸੀਂ ਸੋਚੀ ਜਾਈਏ ਵੀ ਪੈ ਜੋ, ਬਣਦਾ ਨਹੀਂ ਹੈਗਾ, ਛੱਡੋ ਪਰਾਂ, ਫਿਰ ਨਹੀਂ ਕੁਛ ਬਣਦਾ ਹੁੰਦਾ। ਇਹ ਕੰਮ ਆਪਾਂ ਨਹੀਂ ਕਰ ਸਕਦੇ, ਕਰ ਸਕਦੇ ਹਾਂ ਜ਼ਰੂਰ ਜੇ ਆਪਾਂ ਮਿਹਨਤ ਕਰਾਂਗੇ। ਹੁਣ ਆਪਾਂ ਰੋਟੀ ਪਾਣੀ ਬਣਾਉਂਦੇ ਹਾਂ, ਕਿੰਨਾ ਕੁਛ ਕਰਦੇ ਹਾਂ। ਰੋਟੀ ਵਾਸਤੇ ਦੇਖ ਲਓ, ਪਹਿਲਾਂ ਕਣਕ ਬੀਜਾਂਗੇ, ਇਹਨੂੰ 6 ਮਹੀਨੇ ਪਾਲਾਂਗੇ, ਫਿਰ ਕਿਤੇ ਕਣਕ ਸਾਂਭਾਂਗੇ, ਆਟਾ ਪਿਹਾਵਾਂਗੇ, ਫਿਰ ਰੋਟੀ ਬਣਾਉਣ ਵੇਲੇ ਕਿੰਨਾ ਕੁਛ, ਸਬਜ਼ੀ ਬਣਾਉਣ ਵੇਲੇ ਮਿਹਨਤ ਤਾਂ ਹਰੇਕ ਚੀਜ਼ 'ਤੇ ਲੱਗਦੀ ਹੈ ਜੀ, ਫਿਰ ਹੀ ਹੈ ਨਾ, ਮਿਹਨਤ ਦੇ ਨਾਲ ਹੀ ਮਿਹਨਤ ਦਾ ਮੁੱਲ ਮਿਲਦਾ ਹੁੰਦਾ। ਪਹਿਲਾਂ ਪਹਿਲਾਂ ਮੈਨੂੰ ਵੀ ਲੱਗਿਆ ਹੈ ਵੀ ਮੈਥੋਂ ਹੋਣਾ ਨਹੀਂ, ਥੋੜ੍ਹਾ ਜਿਹਾ ਵੀ ਇਕੱਲੇ ਜਾਣੇ ਕਰਕੇ ਉਲਝ ਤਾਂ ਜਾਂਦਾ ਕਈ ਵਾਰ ਕੰਮ, ਪਰ ਕਰ ਲੈਂਦੇ ਹਾਂ ਇੱਦਾਂ ਥੋੜ੍ਹਾ ਜਿਹਾ। ਜਿਵੇਂ ਮੈਂ ਰਾਤ 10 ਵਜੇ ਤੱਕ ਇਹਨਾਂ 'ਤੇ ਪ੍ਰੈਸਾਂ ਮਾਰ ਕੇ ਪਈਆਂ, ਦਿਨੇ ਇਹਨਾਂ ਦੀ ਵੀਡੀਓ ਬਣਾਈ, ਫਿਰ ਸਾਰੀਆਂ ਦਾ ਹੋ ਗਈਆਂ, ਫਿਰ ਇਹਨਾਂ ਦੀਆਂ ਉਹ ਕਰੀ। ਹੁਣ ਇਹਨਾਂ ਨੂੰ ਆਪਾਂ ਪੈਕਿੰਗ ਕਰਕੇ ਡਰੈਸ ਲੈ ਕੇ ਇੱਕ ਪਾਰਸਲ ਮੈਂ ਪਹਿਲਾਂ ਪਾ ਕੇ ਪੈਣੀ, ਇੱਕ ਪਾਰਸਲ ਦੇ ਦੀਵਾਰਾਂ ਰਹਿੰਦੀਆਂ ਲੈ ਕੇ ਆਉਂਦੀਆਂ ਨੇ ਆਪਾਂ। ਚਲੋ ਜੇ ਪਰਮਾਤਮਾ ਸਾਥ ਦੇਈ ਜਾਵੇ ਫਿਰ ਬੰਦਾ ਸਭ ਕੁਛ ਕਰ ਸਕਦਾ, ਪਰਮਾਤਮਾ ਦਾ
ਹੱਥ ਹੋਣਾ ਜ਼ਰੂਰੀ ਹੈ ਸਿਰ 'ਤੇ। ਜੇ ਆਪਾਂ ਉਹਦਾ ਨੌਂ ਲੈ ਕੇ ਚੱਲਾਂਗੇ, ਉਹਨੂੰ ਮੰਨਾਂਗੇ, ਜੇ ਆਪ ਬੇਈਮਾਨੀ ਕਰਾਂਗੇ ਫਿਰ ਕੁਛ ਨਹੀਂ ਹੋਣਾ। ਸਹੀ ਸਿੱਧੀ ਨੀਤ ਨਾਲ ਕੰਮ ਕਰੋ, ਬੇਈਮਾਨਾ ਨਾ ਕਰੋ, ਕਿਸੇ ਦਾ ਮਾੜਾ ਨਾ ਕਰੋ, ਕੁਛ ਨਹੀਂ ਹੁੰਦਾ। ਪਰਮਾਤਮਾ ਕਿਤੇ ਨਾ ਕਿਤੇ ਜਾ ਕੇ ਤਾਂ ਸਾਥ ਦਿੰਦੇ ਹੀ ਹੁੰਦਾ। ਜੇ ਪਹਿਲੀ ਉਮਰ ਨਹੀਂ ਮਿਲੂ ਪਿਛਲੀ ਮਿਲੂ, ਪਿਛਲੀ ਨਹੀਂ ਮਿਲੂ ਪਹਿਲੀ ਮਿਲੂ। ਇੱਕ ਵਾਰ ਤਾਂ ਆਪਾਂ ਨੂੰ ਰੱਬ ਦਿੰਦਾ ਮੌਕਾ, ਪਰ ਉਹ ਆਪਾਂ ਨੂੰ ਮਿਹਨਤ ਆਪ ਕਰਨੀ ਪੈਂਦੀ ਹੈ ਨਾ। ਜੇ ਹੁਣ ਆਪਾਂ ਇਹ ਸੜਦੇ ਵੀ ਨਾ ਪਹਿਲਾਂ ਨਹੀਂ ਆਇਆ ਹੋਇਆ, ਹੁਣ ਕੀ ਹੋ ਜੂਗਾ। ਜੇ ਆਪਾਂ ਮਿਹਨਤ ਕਰਕੇ ਤਾਂ ਦੇਖੋ ਨਾ, ਹੁਣ ਅਸੀਂ ਜਮਾਂ ਹੀ ਹਾਂ ਜੀ। ਮੈਂ ਨਾਲੇ ਸਾਰਾ ਘਰ ਦਾ ਕੰਮ ਕਰਦੀ ਹਾਂ, ਬਾਹਰ ਦਾ ਕਰਦੀ ਹਾਂ, ਰਿਸ਼ਤੇਦਾਰੀ 'ਚ ਕੋਈ ਦੁੱਖ ਸੁੱਖ ਹੈ, ਵਿਆਹ ਸ਼ਾਦੀ ਹੈ, ਸਾਰੇ ਕਿਤੇ ਜਾਣਾ। ਜੇ ਮੈਂ ਇਹੀ ਕਹਿ ਕੇ ਛੱਡ ਕੇ ਬਹਿਣਾ, ਹੁਣ ਜਿੰਨਾ ਔਖਾ ਇੰਨਾ ਕੰਮ ਮੈਂ ਕਿੱਥੋਂ ਕਰ ਲੂੰ? ਦੋ ਦੋ ਮੈਂ ਵੀਡੀਓ ਕਿਵੇਂ ਖਾਵਾਂ, ਮੱਝਾਂ ਦਾ ਖਾਵਾਂ ਜਾਂ ਹੁੰਦਾ। ਫਿਰ ਜੇ ਕਰਨਾ ਤਾਂ ਕਰਨਾ ਹੀ ਸਾਰਾ ਕੁਛ, ਨਾਲੇ ਵਿਹਲੇ ਬੈਠੇ ਨੂੰ ਬਿਮਾਰੀਆਂ ਲੱਗਦੀਆਂ ਨੇ ਜੀ। ਮੈਂ ਤਾਂ ਦੇਖ ਲਿਆ, ਮੈਂ ਤਾਂ ਹੁਣ ਪਛਤਾਉਂਦੀ ਹਾਂ ਜਿਹੜਾ ਮੈਂ ਇੱਕ ਸਾਲ ਵੀਡੀਓ ਦਾ ਕੰਮ ਬੰਦ ਕੀਤਾ ਸੀ, ਪਹਿਲਾਂ ਐਵੇਂ ਬੰਦ ਕੀਤਾ। ਇਹਦੇ ਵਿੱਚ ਵੀ ਤਿੰਨ ਹੈ, ਇਹ ਇੱਕ ਜਗ੍ਹਾ ਦਾ ਹੀ ਹੈ ਔਡਰ, ਪਰ ਇਹਦੇ ਤਿੰਨ ਲਾਪਾਂਗੇ ਸੂਟ ਨੇ। ਮੈਂ ਇਹ ਜਿਹੜੀ ਵੀਡੀਓ ਪਾਈ ਹੈ ਜੀ ਆਰ ਕੇ ਬੁਟੀਕ 'ਤੇ, ਇਹਦੇ ਨਾਲ ਦੇ ਜੇ ਤੁਸੀਂ ਸੇਮ ਸੂਟ ਲੈਣੇ ਨੇ, ਅਵੇਲੇਬਲ ਕਲਰ ਉਹਦੇ ਵਿੱਚ ਪਾਏ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਉੱਥੇ ਜੇ ਲੈਣਾ ਹੋ ਲੈ ਵੀ ਸਕਦੇ ਹੋ, ਬਹੁਤ ਤੁਹਾਡੀ ਮਰਜ਼ੀ ਹੈ ਨਾ, ਆਪਾਂ ਫੋਰਸ ਨਹੀਂ ਕਰਦੇ। ਜੇ ਪਸੰਦ ਆ ਉਹ ਚੀਜ਼ ਤਾਂ ਕਸਟਮਰ ਆਪਦੇ ਆਪ ਹੀ ਪੁੱਛਦਾ ਵੀ ਇਹ ਮਿਲੂ ਜਾਂ ਨਹੀਂ ਮਿਲੂ। ਸਵੇਰੇ ਫਿਰ ਕਾਲੀ ਕਾਲੀ ਸਵੇਰੇ, ਹੁਣ ਬੱਚਿਆਂ ਨੇ ਜਾਣਾ ਹੁੰਦਾ, ਹੁਣ ਠੰਡ ਦਾ ਟਾਈਮ ਆ, ਟਾਈਮ ਛੇਤੀ ਹੋ ਜਾਂਦਾ। ਇੱਕ ਹੁਣ ਗਰਮੀ 'ਚ ਤਾਂ ਪਾਣੀ ਠੰਡੇ ਦਾ ਸਰ ਜਾਂਦਾ, ਹੁਣ ਉਹਨਾਂ ਨੂੰ ਗਰਮ ਪਾਣੀ ਵੀ ਲਾਉਣਾ ਪੈਂਦਾ, ਤਾਂ ਕਰਕੇ ਥੋੜ੍ਹੇ ਥੋੜ੍ਹੇ ਨਾਲ ਕੰਮ ਮੁੜ ਜਾਂਦਾ। ਹੁਣ ਮੱਝਾਂ ਦਾ ਇਹ ਹੋ ਜਾਂਦਾ ਵੀ ਸ਼ਾਮ ਨੂੰ ਆਪਾਂ ਸੁਨੇਹਾ ਹੈ ਨਾ, ਸੰਨੀ ਪਾ ਕੇ ਕੱਖ ਪਾ ਕੇ ਸੁਨੇਹਾ 5 ਵਜੇ ਦਿਨ ਧਾਰਾਂ ਦਾ ਨਿਬੜ ਜਾਂਦਾ। ਸਵੇਰੇ ਵੀ ਉਹਦੀ ਜ਼ੋਰ ਮੱਝਾਂ ਦਾ ਹੁੰਦਾ, ਸਾਰਾ ਕੰਮ ਸਵੇਰੇ ਤੋਂ ਜ਼ਿਆਦਾ ਉਲਝਿਆ ਹੁੰਦਾ ਸਾਰਾ। ਤਾਂ ਹੀ ਹੁਣ ਮੈਂ 1 ਘੰਟਾ ਸ਼ਾਮ ਨੂੰ ਲਾਉਣ ਲੱਗ ਗਈ ਇੱਥੇ, ਉਹਦੀ ਪੈਕਿੰਗ ਵਗੈਰਾ ਪ੍ਰੈੱਸਾਂ ਕਰ ਦਿੰਦੇ ਹਾਂ। ਬਾਅਦ ਮੈਂ ਦੇਖਦੀ ਹਾਂ, ਮੇਰੇ ਦੋ ਇੰਡੀਆ ਲਾਉਣਾ ਹੈ ਇਹ USA ਦਾ, ਪਰ ਇਹਨਾਂ ਨੇ ਨਾ ਮੇਰਾ ਖਿਆਲ ਮੂਹਰੇ ਜਨਵਰੀ 'ਚ ਆਉਣਾ ਇਹਨਾਂ ਦਾ ਪਾਰਸਲ, ਆਪਾਂ ਇੰਡੀਆ 'ਚ ਹੀ ਲਾਉਣਾ। ਦੇਖਦੀ ਹਾਂ ਜੀ ਇੱਕ ਲਿਫਾਫੇ 'ਚ ਪਊਗਾ ਨਾ ਜੀ, ਇੱਕ 'ਚ ਤਾਂ ਨਹੀਂ ਪੈਣੇ, ਪਰ ਲਿਫਾਫੇ ਵੀ ਤਾਂ ਵੱਡੇ ਨੇ, 2 'ਚ ਪੈ ਜਾਣਗੇ, 4-4 9 ਸੂਟ ਨੇ। ਚਲੋ ਜੀ, ਆਪਾਂ ਤੁਹਾਨੂੰ ਆਹ ਨਵੀਂ ਚੀਜ਼ ਦਿਖਾਉਂਦੇ ਹਾਂ, ਸਿੰਪਲ ਚੀਜ਼ ਬਣੀ ਹੈ ਜਮੀ ਸਿੰਪਲ ਸੋਬਰ। ਇਸ ਤਰ੍ਹਾਂ ਆਪਾਂ ਗਲੇ 'ਤੇ ਕੰਮ ਕੀਤਾ ਇਹਦੇ, ਮੈਂ ਖੋਲ੍ਹ ਕੇ ਦਿਖਾ ਦਿੰਦੀ ਹਾਂ, ਤਾਂ ਮੇਰੀ ਪ੍ਰੈੱਸ ਮਾਰ ਕੇ ਰੱਖੀ ਹੋਈ ਸੀ।
ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ, ਦੁਪੱਟੇ ਨੂੰ ਸਾਰਿਆਂ ਨੇ ਪਸੰਦ ਕੀਤਾ। ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਕੰਮ ਮਿਲੂਗਾ ਜੀ, ਘੇਰ ਤੇ ਹੈਂਡਵਰਕ ਦੀ ਬੇਲ ਆ, ਸੇਮ ਬੇਲ ਹੈਗੀ ਆ ਬਾਂਹ ਤੇ, ਬਾਂਹ ਤੇ ਵੀ ਇੱਦਾਂ ਹੀ ਸਾਰੀ ਬਾਂਹ ਦੇ ਧੁਰ ਤੱਕ ਉੱਪਰ ਤੱਕ ਆ ਹੈਂਡਵਰਕ ਦੇ ਜਿਹੜੇ ਮੋਤੀ ਲੱਗੇ ਹੋਏ ਨੇ, ਸਿੱਪੀ ਤੇ ਮੋਤੀ ਦੇ ਨਾਲ ਹੈਂਡ ਦਾ ਟੱਚ ਦਿੱਤਾ ਹੋਇਆ, ਬਾਂਹ ਨੂੰ ਵੀ ਸਾਰੀ ਨੂੰ ਮੂਹਰੇ ਬੇਲਣੀ ਹੋਈ ਹੈ ਜੀ। ਇੱਥੇ ਆਹ ਵਾਲੀ ਚੀਜ਼ ਤੇ ਬੇਲ ਇਹ ਬਣਿਆ ਹੋਇਆ ਜੀ ਕਰੇਪ ਤੇ। ਬਾਕੀ ਜੇ ਤੁਸੀਂ ਹੋਰ ਫੈਬਰਿਕ ਤੇ ਜਾਣਾ ਚਾਹੁੰਦੇ ਹੋ ਕਰੇਪ ਛੱਡ ਕੇ, ਤਾਂ ਤੁਸੀਂ ਉੱਤੇ ਵੀ ਜਾ ਸਕਦੇ ਹੋ। ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾਉਂਦੇ ਹਾਂ, ਦੁਪੱਟਾ ਇਸ ਤਰ੍ਹਾਂ ਦਾ ਪੀਚ ਕਲਰ ਦਾ, ਤੇ ਇਹਦੇ ਨਾਲ ਆਪਾਂ ਪੇਂਟ ਕੀਤਾ, ਨਾਲੇ ਹਾਈਲ ਇਹਦੇ ਨਾਲ ਹੈਂਡਵਰਕ ਦਾ ਹੈਗਾ ਦੁਪੱਟੇ ਦੇ ਵਿੱਚ ਕੰਮ, ਆਰੀ ਤੇ ਹੈਂਡ ਦਾ ਟੱਚ ਦਿੱਤਾ ਹੋਇਆ ਦੇਖੋ ਜੀ, ਸਾਰੇ ਦੁਪੱਟੇ ਤੇ ਪੇਂਟ ਕਰਕੇ ਉੱਪਰ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ। ਇਸ ਤਰ੍ਹਾਂ ਮੋਤੀਆਂ ਵਾਲੀ ਆਪਾਂ ਨੇ ਲੇਸ ਦਿੱਤੀ, ਆਰਗੈਂਜਾ ਦਾ ਦੁਪੱਟਾ ਰਹੂਗਾ। ਜੇ ਤੁਸੀਂ ਐਵੇਂ ਦੇ ਸਿੰਪਲ ਸੋਬਰ ਸੂਟ ਹੈ ਨਾ ਕਰਲਸ ਲੁੱਕ ਦੇ ਰੈਡੀ ਕਰਵਾਉਣੇ ਨੇ, ਤਾਂ ਤੁਸੀਂ ਕਰਵਾ ਸਕਦੇ ਹੋ ਜੀ। ਚਲੋ ਜੀ ਹੁਣ ਇਹਨੂੰ ਵੀ ਆਪਾਂ ਪੈਕ ਕਰ ਦਈਏ, ਇਹਨੂੰ ਦੁਪੱਟੇ ਨੂੰ ਅਲੱਗ ਕਰ ਦਾਂਗੇ ਅਤੇ ਜਿਹੜਾ ਹੈਗਾ ਸੂਟ ਨੂੰ ਅਲੱਗ। ਇਹਦੀ ਹਜੇ ਇੰਸਟਾ 'ਤੇ ਰੀਲ ਬਣਾਉਣ ਵਾਲੀ ਰਹਿ ਗਈ ਹੈ, ਫਿਰ ਕਰਦੀ ਹਾਂ ਇਹਨੂੰ ਮੈਂ ਪੈਕ। ਆਹ ਦੇਖੋ ਜੀ, ਇਹ ਸਿਲਕ ਪਸ਼ਮੀਨੇ ਦੇ ਵਿੱਚ ਫਿਰੋਜ਼ੀ ਕਲਰ ਹੈ, ਨਹੀਂ ਵੈਸੇ ਆਪਾਂ ਕਹਿ ਦਿੰਦੇ ਹਾਂ ਫਿਰੋਜ਼ੀ ਕਲਰ, ਕਿਸੇ ਵੀ ਉਹਦੇ ਵਿੱਚ ਹੋਵੇ ਨਾ ਫੈਬਰਿਕ 'ਚ ਉਹਦਾ ਕਲਰ ਥੋੜ੍ਹਾ ਜਿਹਾ ਨਿਕਲਦਾ ਹੀ ਨਿਕਲਦਾ ਹੁੰਦਾ ਹੈ ਨਾ। ਇਹਨੂੰ ਮੈਂ ਅੱਧਾ ਪੌਣਾ ਘੰਟਾ ਹੋ ਗਿਆ ਜੀ ਡੋਬੇ ਨੂੰ, ਦੇਖੋ ਇਹਦਾ ਬਿਲਕੁਲ ਪਾਣੀ ਹੈ ਜਿਹੜਾ ਬਿਲਕੁਲ ਸਾਫ਼ ਹੈ, ਜਮੀ ਪਾਣੀ ਨਹੀਂ ਨਿਕਲਿਆ, ਕੋਈ ਕਲਰ ਨਹੀਂ ਨਿਕਲ ਰਿਹਾ। ਮੈਨੂੰ ਕਸਟਮਰ ਵੱਲੋਂ ਇਹ ਸੀ ਵੀ ਇਹਦੇ ਵਿੱਚੋਂ ਤੁਸੀਂ ਐਂ ਦੇਖੋ ਵੀ ਰੰਗ ਤਾਂ ਨਹੀਂ ਨਿਕਲਦਾ, ਦੇਖੋ ਜੀ ਅੱਧਾ ਪੌਣਾ ਘੰਟਾ ਹੋ ਗਿਆ ਬਿਲਕੁਲ ਸਾਫ਼ ਹੈ। ਇਹ ਸਿਲਕ ਪਸ਼ਮੀਨੇ ਦਾ ਕਲਰ ਹੈ ਜੀ ਫਿਰੋਜ਼ੀ, ਜਿਹੜਾ ਆਪਾਂ ਕੱਲ੍ਹ ਵੀਡੀਓ ਦੇ ਵਿੱਚ ਪਾਇਆ। ਦੇਖੋ ਇਹ ਥੋੜ੍ਹਾ ਵੀਡੀਓ ਦੇ ਵਿੱਚ ਸਰਦਈ ਟੋਨ ਦੀ ਦਿਖ ਰਹੀ ਹੈ, ਪਰ ਇਹ ਪ੍ਰੋਪਰ ਫਿਰੋਜ਼ੀ ਕਲਰ ਹੈ, ਇਹਦਾ ਜਮਾਂ ਵੀ ਕਲਰ ਨਹੀਂ ਨਿਕਲਿਆ। ਹੁਣ ਮੈਂ ਇਹਨੂੰ ਧੁੱਪੇ ਸੁਕਾ ਦੂੰਗੀ, ਮੈਂ ਦੇਖਿਆ ਵੀ ਇਹਨੂੰ ਅੱਧਾ ਪੌਣਾ ਘੰਟਾ ਹੋ ਗਿਆ ਜੀ, ਪਰ ਇਹਨੂੰ ਇੱਧਰ ਆਪਣੇ ਕੱਪੜੇ ਲਾਏ ਹੋਏ ਨੇ, ਮਸ਼ੀਨ ਲਗਾ ਤੀ ਸੁੱਕ ਜੂਗਾ ਇੱਥੋਂ, ਕਲਰ ਡੋਬ ਕੇ ਦੇਖਿਆ ਤੇ ਪਹਿਲਾਂ ਮੈਂ ਬੱਚਿਆਂ ਦੇ ਕੱਪੜੇ ਪਾਤੇ, ਉਦੋਂ ਬਾਅਦ ਮੇਰੇ ਪਏ ਨੇ ਸਾਰੇ। ਟਾਈਮ ਹੋ ਗਿਆ ਜੀ 11:30 ਹੀ ਵੱਜ ਗਏ, 11:30 ਕਿਹੜੇ, ਅਤੇ ਇੱਧਰ ਆਪਾਂ ਨੇ ਕੁਛ ਕੁ ਪਾਰਸਲ ਸਰਦਾਰ ਜੀ ਲੈ ਗਏ, ਜਿੰਨੇ ਕੁ ਉਹਨਾਂ ਤੋਂ ਚੱਕੇ ਗਏ, ਕੁਛ ਕੁ ਪੈਕਿੰਗ ਹੋਈ ਪਈ ਹੈ ਜੀ, ਇਹ ਹੋਈ ਪਈ ਹੈ, ਕੁਛ ਦੁਪੱਟਿਆਂ ਦੀ ਹੈਗੀ ਹੈ ਜੀ ਫਿਨਿਸ਼ਿੰਗ ਹੋ ਰਹੀ ਹੈ, ਕੱਲ੍ਹ ਨੂੰ ਆਪਾਂ ਸਾਰਾ ਓਕੇ ਕਰ ਦਾਂਗੇ। ਅਤੇ ਇਹ ਵਾਲੇ ਸੂਟ ਆਪਾਂ ਅੱਜ ਵੀਡੀਓ ਦੇ ਵਿੱਚ ਪਾ ਦਿੱਤੇ ਨੇ, ਜਿਨ੍ਹਾਂ ਭੈਣਾਂ ਨੇ ਉਹ ਵੀਡੀਓ ਨਹੀਂ ਦੇਖੀ, ਦੇਖੋ ਜੀ ਸਿਲਕ ਪਸ਼ਮੀਨੇ ਦੇ ਵਿੱਚ ਨੇ, ਰਾਮਟੈਕਸ ਦਾ ਦੇਖੋ ਜੀ, ਇਹਦੇ ਨਾਲ ਰਾਮਟੈਕਸ ਦੀ ਤੁਹਾਨੂੰ ਸਲਵਾਰ ਮਿਲੂਗੀ, ਇਹ 'ਚ ਪ੍ਰਿੰਟ ਦੇਖੋ ਕਿੰਨੇ ਨੇ, ਇੱਕ ਕਲਰ ਤਾਂ ਦੀਦੀ ਲੈ ਗਏ, ਉਹ ਥੋੜ੍ਹਾ ਜਿਹਾ ਉਹ ਸੀਗਾ ਪੀਚ ਜਿਹਾ ਕਲਰ ਸੀਗਾ, ਇਹ ਰਸ਼ਟ ਕਲਰ ਆ ਗਿਆ ਜੀ, ਇਹ ਰਾਣੀ ਟੋਨ ਅਤੇ ਸਰ ਫਿਰੋਜ਼ੀ ਹੈ, ਇੱਕ ਇਹਦੇ ਵਿੱਚ 5 ਕਲਰ ਸੀਗੇ, ਇੱਕ ਇਹਦੇ ਵਿੱਚ ਮਾਸਟਰਡ ਕਲਰ ਹੈ, ਦੇਖੋ ਜੀ ਇੱਕ ਇਹ ਵਾਲੇ ਹੋ ਗਏ, 3 ਕਲਰ ਇਹ ਨੇ, ਇਹਨਾਂ ਦੀ ਡਿਜ਼ਾਇਨਿੰਗ ਅਲੱਗ ਹੈ, ਇੱਕ ਇਹਨਾਂ ਵਿੱਚ ਬਲੈਕ ਕਲਰ ਹੈ ਜੀ ਤੁਸੀਂ ਲੈਣਾ। ਦੇਖੋ ਜੀ ਇਹਨਾਂ ਦੀ ਵੀਡੀਓ ਸਵੇਰੇ ਆਪਾਂ ਨੇ ਅਪਲੋਡ ਕਰਤੀ ਜੀ ਆਰ ਕੇ ਬੁਟੀਕ 'ਤੇ, ਉੱਥੋਂ ਤੁਸੀਂ ਫੁੱਲ ਵੀਡੀਓ ਦੇਖ ਸਕਦੇ ਹੋ। ਚਲੋ ਜੀ ਹੁਣ ਆਪਾਂ, ਮੈਂ ਨਾ ਸਿਰ 'ਤੇ ਸਰ੍ਹੋਂ ਦਾ ਤੇਲ ਲਵਾਇਆ, ਮੇਰੇ ਸਿਰ 'ਚ ਜ਼ਿਆਦਾ ਹੁੱਪ ਹੋਈ ਪਈ ਤੀ, ਬਾਹਲੀ ਕਰ ਖੁਰਕ ਹੁੰਦੀ ਤੀ, ਹੁਣ ਮੈਂ ਤਾਂ ਸਰ੍ਹੋਂ ਦਾ ਤੇਲ ਲਵਾ ਲਿਆ ਚੰਗੀ ਤਰ੍ਹਾਂ, ਹਾਏ ਹੱਥ ਭਰ ਗਏ, ਪੂਰਾ ਗੱਚੂ ਗੱਚ ਕਰਤਾ। ਹੁਣ 2 ਘੰਟੇ ਆਪਾਂ ਧੁੱਪੇ ਬੈਠਾਂਗੇ ਜੀ, ਫਿਰ ਮੈਂ ਪਾਣੀ ਗਰਮ ਕਰਕੇ ਸਿਰ ਨਹਾਉਂਗੀ। ਚਲੋ ਜੀ ਮਿਲਦੇ ਹਾਂ ਫਿਰ ਆਪਾਂ। ਸੈਫੀ ਦਾ ਐਂ ਲੱਗਦਾ ਜਿਵੇਂ ਲੋਹੜੀ ਵੇਖ ਦੋ ਵੇਲੇ ਬਹੁ ਕਰਾਉਂਦੇ ਹੁੰਦੇ ਨੇ ਸਿਉਣੇ ਦੇ ਵਾਲ। ਸੈਫੀ ਸੱਚੀ ਸੈਫੀ ਬਣ ਗਈ ਤਾਂ, ਦੇਖੀ ਕਿਹੋ ਜਿਹਾ ਨਿਕਲਿਆ।
ਫਿਰ ਐਂ ਨਹੀਂ ਪਤਾ ਕਦੋਂ ਧੁੰਦ ਪੈਣ ਲੱਗ ਜਾਣੀ, ਉਹਨੂੰ ਵਿਚਾਰੇ ਨੂੰ ਫੇਰਾ ਰਗੜ ਰਗੜ ਸਮਾਰ ਕੇ ਨਵਾ ਦੇ। ਥੋੜ੍ਹਾ ਜਿਹਾ ਪਾਣੀ ਛੱਡ ਲੈ, ਸੈਫੀ ਪਾਣੀ ਪਾ ਲੈ ਥੋੜ੍ਹਾ ਜਿਹਾ ਹੋਰ ਉੱਪਰ ਲੈ, ਝੱਗ ਜੀ ਹੋ ਜੂਗੀ। ਪਾਣੀ ਛੱਡਿਆ ਨਹੀਂ ਮੈਂ ਇੱਧਰ, ਬਸ ਬਸ ਇੱਧਰ ਨੂੰ ਲਿਆ ਕਰ ਜੇ ਤੁਰੇ। ਚਾੜ ਵਿਚਾਰੇ ਨੂੰ ਤੂੰ। ਚਲੋ ਜੀ, ਇੱਕ ਤਾਰ ਕੱਪੜਿਆਂ ਦੀ ਭਰਤੀ, ਦੂਜੀ ਵਾਰ ਆਪਣੀ ਮਸ਼ੀਨ ਲੱਗੀ ਹੋਈ ਹੈ, ਇਦੂ ਬਾਅਦ ਪਾਉਣੇ ਨੇ ਆਪਾਂ ਤੌਲੀਏ। ਤੇ ਅੱਜ ਸਾਰਾ ਦਿਨ ਘਰੇ ਰਹਿ ਕੇ ਕੰਮ ਕਰਾਂਗੇ, ਹਜੇ ਪਿੰਦਰ ਤੋਂ ਗੱਡੀ ਦੂਜੇ ਲੋਟ ਸੈੱਟ ਕਰਵਾ ਕੇ ਤੇ ਕਵਰ ਪਾਉਣਾ। ਹੁਣ ਵੱਜ ਗਿਆ ਇੱਕ, ਮੈਂ ਵੀ ਪਾਣੀ ਲਾਉਣੀ ਹੁਣ ਪਿੰਦਰ ਦਾ ਲਾਇਆ, ਨਹਾ ਲੂ ਸੈਫੀ ਨਵਾ ਕੇ, ਇਹਦੇ 18 ਮਿੰਟ ਰਹਿ ਗਏ। ਅੱਛਾ ਸੁੱਕ ਗਿਆ, ਜਦੋਂ ਫਿਰ ਫੁਰਾਲਾ ਫੁਰਾਲੀ ਕਰਦੀ ਜਿਉਂਦੇ ਨੇ ਕੁੱਤੇ ਨੂੰ ਨਮੂਨੀਆ ਕਰ ਰੱਖਿਆ, ਥੱਲੇ ਢਿੱਡ ਜੇ ਤੇ ਮਾਰ ਦੇ ਬਸ। ਆ ਇੱਧਰਲੀ ਪੈਰ, ਇੱਧਰਲਾ ਪੈਰ ਜਾ ਘੂਮ ਵਿੱਚੋਂ ਮਾਸ ਕਹਿੰਦਾ, ਆ ਤਾਂ ਸੁੱਕਾ ਪਿਆ ਜਰੂਰ ਲਿਆ ਉਰੋਂ, ਢਿੱਡ ਦੇ ਤਾਂ ਗਾਰ ਲੱਗਿਆ ਪਿਆ ਪਿੰਦਰ, ਸਮਾਰ ਕੇ ਧੋ ਤੁਹਾਨੂੰ ਪਹਿਲਾਂ ਪਨਮੂਰੀਆਂ ਦਾ ਕਰਨ ਵਾਲਾ ਕਰਤਾ ਹਜੇ ਅੱਧਾ ਤੱਤਾ ਧਰਿਆ ਦਾ ਹਜੇ, ਤੂੰ ਤਾਂ ਕਹਿੰਦਾ ਨਹੀਂ ਮੇਰਾ ਧਰਮ ਆਇਆ ਨਹੀਂ ਨਵਾਉਣਾ ਤੈਨੂੰ, ਹੈਂ ਪਾਣੀ ਤਾਂ ਨਿੱਘਾ ਹੀ ਹੈ। ਹਾਂ ਹੁਣ ਇਹਦਾ ਪਾਸਾ ਪਲਟਾ ਲਾ, ਇੱਧਰ ਨੂੰ ਕਰ, ਇੱਧਰਲੇ ਪਾਸਾ ਕਰ ਲੈ ਸਾਬੀ ਨੂੰ, ਹੈ ਚੱਲ ਇੱਧਰੋਂ ਵੀ ਢਿੱਡ ਜਾ ਧੋ ਦੇ ਦੋ ਨਿਚੜ ਜੂ। ਚਲੋ ਜੀ, ਟਾਈਮ ਉਹੀ 4:30 ਫਿਰ ਹੋ ਗਏ, ਅਤੇ ਕੁਛ ਕੁ ਬਲੌਗ ਆਪਾਂ ਰਾਤ ਐਡਿਟ ਕਰ ਲਿਆ ਸੀ ਜੀ, ਕੁਛ ਕੁ ਦਿਨ 'ਚ ਕਰ ਲਿਆ, ਅਤੇ ਐਂਡ ਆਪਾਂ ਹੁਣ ਕਰ ਦਿੰਦੇ ਹਾਂ, 4:30 ਹੋ ਗਏ ਹੁਣ, ਬਸ ਹੋਰ ਕੰਮਾਂ ਦਾ ਵੀ ਟਾਈਮ ਹੋ ਗਿਆ, ਹੁਣ ਬਲੌਗ ਦਾ ਐਂਡ ਕਰਦੇ ਆਪਾਂ, ਸ਼ਾਮ ਨੂੰ ਅਪਲੋਡ ਕਰਨਾ। ਅਤੇ ਇੱਕ ਮੈਂ ਭੈਣਾਂ ਨੂੰ ਬਲੌਗ ਦੇ ਵਿੱਚ ਗੱਲ ਦੱਸਦੀ ਹਾਂ ਜੀ, ਕੱਲ੍ਹ ਤੋਂ ਆਪਾਂ ਆਰ ਕੇ ਬੁਟੀਕ 'ਤੇ ਲਾਈਵ ਹੋਣਾ ਸ਼ੁਰੂ ਕੀਤਾ ਜੀ, 4:30 ਤੋਂ 5 ਵਜੇ ਤੱਕ ਅੱਧਾ ਘੰਟਾ, ਸਿਰਫ 30 ਮਿੰਟ ਬਸ। ਹੋ ਸਕਿਆ ਵੀ ਮੈਂ 20 ਵੀ ਹੋ ਸਕਾਂ, ਜੇ ਮੈਨੂੰ ਤੁਹਾਨੂੰ ਪਤਾ ਵੀ ਮੈਂ 5-7 ਮਿੰਟ ਲੇਟ ਹੀ ਹੋ ਜਾਂਦੀ ਹਾਂ, ਪਤਾ ਕੀ ਹੈ ਹੁਣ ਸਾਰਿਆਂ ਦੇ ਕੰਮਾਂ ਦਾ ਟਾਈਮ ਹੈ, ਜ਼ਿਆਦਾ ਟਾਈਮ ਆਪਾਂ ਨਹੀਂ ਲੈਂਦੇ, ਬਸ ਆਪਾਂ ਜਿਹੜੇ ਵੀ ਮੈਂ ਲਾਈਵ ਦੇ ਵਿੱਚ ਸੂਟ ਦਿਖਾਉਂਗੀ ਜੀ, ਤੁਹਾਨੂੰ ਉਹਨੂੰ 100 ਰੁਪਏ ਉਹ ਲੈਸ ਮਿਲੂਗਾ ਜੀ, ਜਿਹੜੀਆਂ ਮੇਰੇ ਭੈਣਾਂ ਲਾਈਵ ਦੇ ਵਿੱਚੋਂ ਸਕਰੀਨਸ਼ੋਟ ਲੈਣਗੀਆਂ ਉਹਨਾਂ ਨੂੰ 100 ਰੁਪਏ ਡਿਸਕਾਊਂਟ 'ਤੇ ਸੂਟ ਮਿਲੂਗਾ, ਅਤੇ ਸ਼ਿਪਿੰਗ ਉਹਨਾਂ ਦੀ ਫ੍ਰੀ ਰਹੂਗੀ ਜੀ। ਅਤੇ ਤੁਸੀਂ ਜ਼ਰੂਰ ਲਾਈਵ ਦੇ ਵਿੱਚ ਆਉਣਾ, ਅਤੇ ਉੱਥੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜਿਹੜੇ ਡਿਸਕਾਊਂਟ ਵਾਲੇ, ਅਤੇ ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਸੂਟ ਦਿਖਾਉਂਦੇ ਹਾਂ ਜੀ, ਵੈਸੇ ਤਾਂ ਇਹ ਸਵੇਰੇ ਵੀਡੀਓ ਪੈ ਚੁੱਕੀ, ਅਤੇ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ, ਕੱਲ੍ਹ ਨੂੰ 4:30 ਆਪਾਂ ਨੇ ਆਰ ਕੇ ਬੁਟੀਕ 'ਤੇ ਲਾਈਵ ਹੋਣਾ ਜੀ, ਸਾਰੀਆਂ ਭੈਣਾਂ ਨੇ ਕੰਮ ਨਿਬੇੜ ਕੇ ਰੱਖਣੇ ਨੇ, ਵੈਸੇ ਤਾਂ ਸ਼ਾਮ ਦਾ ਟਾਈਮ ਹੈ ਜੀ, ਕਰੀਏ ਕੀ ਫਿਰ, ਸਾਨੂੰ ਜੇ ਦਿਨ 'ਚ ਲਾਈਵ ਦਾ ਟਾਈਮ ਦਿੰਦੇ ਹਾਂ ਤਾਂ ਅਸੀਂ ਵੀ ਦਿਨ 'ਚ ਬਾਜ਼ਾਰ ਵਗ ਜਾਂਦੇ, ਫਿਰ ਮਿਸ ਹੋ ਜਾਂਦਾ ਹੈ ਨਾ, ਸ਼ਾਮ ਨੂੰ ਬਸ 10-20 ਮਿੰਟ ਦਾ ਆਪਣਾ ਲਾਈਵ ਹੋਊਗਾ ਜੀ, 20 ਤੋਂ 30 ਦਾ ਜ਼ਿਆਦਾ ਲੰਬਾ ਨਹੀਂ ਹੋਊਗਾ। ਚਲੋ ਜੀ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ, ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੋਂ ਅੱਗੇ, ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।